ਲਾਲਾ ਚੁੱਕੇ ਸਹਿਣ ਤੇ ਅੱਜ ਜੀ ਮਿਸਤਰੀ ਨੀ ਆਏ ਦੱਸ ਤਾਂ ਹੁਣ ਮੰਮਾ ਇਹਨੂੰ ਕਹਿਣ ਦੇ ਚੱਕ ਕੇ ਵਾਪਸ ਬਾਹਰ ਆ ਗਿਆ ਪਾਪਾ ਨੂੰ ਇਹ ਪਹਿਲੇ ਇਸ ਤਰ੍ਹਾਂ ਅਸੀਂ ਵੀ ਫੇਰ ਰਿਹਾ ਥੋੜਾ ਜਿਹਾ ਤੇ ਆ ਹੁਣ ਉਧਰ ਪਾਪਾ ਕਰ ਰਹੇ ਨੇ ਹੱਸਦੇ ਰਹੋ ਵਸਦੇ ਰਹੋ ਸ਼ਾਦ ਰਹੋ ਤੇ ਆਬਾਦ ਰਹੋ ਆਮੀਨ ਸੁਮਾਮੀਨ ਮਾਸ਼ਾਅੱਲਾ ਜੀ ਸੁਬਹ ਸੁਬਹਾ ਦਾ ਟਾਈਮ ਹੈ ਤਕਰੀਬਨ 6 ਵੱਜ ਚੁੱਕੇ ਨੇ ਤੇ ਅੱਜ ਹੈ ਜੀ ਸੰਡੇ ਤੇ ਲੇਕਿਨ ਸੰਡੇ ਤੇ ਹਾਂਜੀ ਤੇ ਮੈਂ ਵੀ ਆਹੀ ਦੱਸਿਆ ਕਿ ਅੱਜ ਸੰਡੇ ਆ ਤੇ ਜ਼ਹਿਰ ਹੁਸੈਨ ਦੀ ਤਾਂ ਮਾਸ਼ਾਅੱਲਾ ਆਦਤ ਬਣੀ ਹੋਈ ਹੈ ਅਗਲੇ ਸੁਬਹ ਸੁਬਹਾ ਉੱਠਦੇ ਨੇ ਉੱਠ ਕੇ ਬੱਚੇ ਦੀ ਨਮਾਜ਼ ਪੜ੍ਹ ਕੇ ਆਉਂਦੇ ਨੇ ਲੇਕਿਨ ਅੱਜ ਜੀ ਮੈਂ ਵੀ ਹੁਣ ਉੱਠ ਗਈ ਹੋਈਆਂ ਨਮਾਜ਼ ਮੈਂ ਅਦਾ ਕਰ ਲਈ ਕੁਰਾਨ ਪਾਕ ਦੀ ਤਲਾਵਤ ਨਹੀਂ ਹਲੇ ਮੈਂ ਕੀਤੀ ਕੁਰਾਨ ਪਾਕ ਦੀ ਤਲਾਵਤ ਵੀ ਕਰਨੇ ਆ ਤੇ ਆਹ ਪਹਿਲਾ ਸੰਡੇ ਆ ਜੇ ਸੰਡੇ ਮੈਂ 9-10 ਵਜੇ ਤੋਂ ਪਹਿਲੇ ਉੱਠ ਗਈ ਹਾਂ ਨਹੀਂ ਤਾਂ 9-10 ਵਜੇ ਤੱਕ ਤਾਂ ਸਾਰੇ ਹੀ ਸੁੱਤੇ ਰਹਿੰਦੇ ਨੇ ਤਕਰੀਬਨ ਅਤੇ ਹੁਣ ਜੀ ਉਹ ਫਿਰ ਘਰ ਬਣ ਰਿਹਾ ਮਿਸਤਰੀ ਲੱਗੇ ਹੋਏ ਨੇ ਇਸ ਵਾਸਤੇ 8 ਵਜੇ ਮਿਸਤਰੀਆਂ ਨੇ ਆ ਜਾਣਾ ਵਾ ਅਤੇ ਹੁਣ ਸਾਰੇ ਹੀ ਉੱਠਣਗੇ ਅਤੇ ਮੈਂ ਕੋਈ ਨੌਖੀ ਨਹੀਂ ਉੱਠੀ ਪਈ ਸਿੱਧੀ ਗੱਲ ਠੀਕ ਹੈ ਅਤੇ ਬਾਕੀ ਮੇਰੀ ਮੰਮਾ ਵਿਚਾਰੀ ਹੁਣ ਇੱਟਾਂ ਨੂੰ ਨਾ ਪਾਣੀ ਸ਼ਾਨੀ ਲਾ ਕੇ ਹਟੀ ਆ ਵੇਖੋ ਮਾਸ਼ਾਅੱਲਾ ਮੰਮਾ ਜੀ ਕਮਾਲ ਤੁਸੀਂ ਤਾਂ ਵਾਵਾ ਸਾਰੇ ਕੰਮ ਕਰ ਕੁਰ ਲੈਣ ਆ ਵੇਖੋ ਜੀ ਉੱਠਣਾ ਪੈਂਦਾ ਉੱਠ ਕੇ ਕਦੀ ਕੌਣ ਲਿਆਉਂਦਾ ਪਾਣੀ ਕਦੀ ਕਦੀ ਕੌਣ ਲਿਆਉਂਦਾ ਫਿਰ ਸਮਝ ਨਹੀਂ ਆਉਂਦੀ ਕਦੇ ਸਨ ਘਰ ਨਹੀਂ ਵੀ ਹੁੰਦੇ ਫਿਰ ਪਾਣੀ ਵਾਲੀ ਬੋਤਲ ਕੌਣ ਦੇ ਜਾਵੇ ਮੱਟੀ ਨੀ ਮੰਮਾ ਅਬ ਖਤਮ ਹੋ ਜੀ ਮੱਟੀ ਨੀ ਅਬ ਨਹੀਂ ਖਤਮ ਹੋ ਜੀ ਬਣਨਾ ਸ਼ੁਰੂ ਹੋ ਗਿਆ ਹੁਣ ਜ਼ਿਆਦਾ ਦੇਰ ਨਹੀਂ ਲੱਗਣ ਬਹੁਤਾ ਤਾਂ ਬਹੁਤਾ ਮਹੀਨਾ ਲੱਗਣ ਬਹੁਤਾ ਤਾਂ ਬਹੁਤਾ ਕਿਉਂ ਬਾਕੀ ਜੀ ਹੁਸੈਨ ਉੱਠਿਆ ਸੀ ਮਾਸ਼ਾਅੱਲਾ ਉਹਨੇ ਫਜਰ ਦੀ ਨਮਾਜ਼ ਅਦਾ ਕੀਤੀ ਅਤੇ ਮਸਜਿਦ 'ਚ ਨਮਾਜ਼ ਅਦਾ ਕਰਕੇ ਆਇਆ ਫਿਰ ਉੱਥੇ ਜਦੋਂ ਨਮਾਜ਼ ਪੜ੍ਹਨ ਜਾਂਦੇ ਨਾ ਉੱਥੇ ਹੀ ਕੁਰਾਨ ਪਾਕ ਪੜ੍ਹ ਕੇ ਆਉਂਦੇ ਨੇ ਤਲਾਵਤ ਵਗੈਰਾ ਕਰਕੇ ਘਰ ਆ ਗਿਆ ਅਤੇ ਆਉਂਦਾ ਹੀ ਪਈ ਉਹ ਸੌ ਗਿਆ ਕਿਉਂਕਿ ਉਹਨੂੰ ਨੀਂਦ ਬਹੁਤ ਆਈ ਹੁੰਦੀ ਹੈ ਹਰ ਟਾਈਮ ਉਹ ਹੁੰਦਾ ਹੁੰਦਾ ਬਸ ਸੌ ਜਾਵਾਂ ਹਾਂ ਅਤੇ ਆਮਨਾ ਹਾਲੇ ਤੱਕ ਨਹੀਂ ਉੱਠੀ ਅਤੇ ਅੱਜ ਵੈਸੇ ਵੀ ਸੰਡੇ ਆਮਨਾ ਹੋਣਾ ਨਿਕਲਾ ਸਕੂਲ ਜਾਣਾ ਹੈ ਅਤੇ ਇਸ ਵਾਸਤੇ ਪਾਪਾ ਵੀ ਪਾਪਾ ਵੀ ਮੈਂ ਨਹੀਂ ਪਾਲੀ ਅਤੇ ਬਾਕੀ ਜੀ ਪਾਪਾ ਵੀ ਨਹੀਂ ਲੇਟ ਹੋ ਕਿਉਂਕਿ ਪਾਪਾ ਰਾਤੀ ਕਾਫੀ ਦੇਰ ਜਾ ਗਿਆ ਕੰਮ ਵਗੈਰਾ ਕਰਨਾ ਸੀ ਅਤੇ ਇਸ ਵਾਸਤੇ ਪਾਪਾ ਦੀ ਲੀਵ ਵੀ ਨਹੀਂ ਪੂਰੀ ਹੋਈ ਕਿ ਮੇਰੇ ਪਾਪਾ ਜੀ ਸਾਰਾ ਦਿਨ ਨਹੀਂ ਖਾਂਦੇ ਹਾਂ ਫਿਰ ਇਸ ਵਾਸਤੇ ਫਿਰ ਥੋੜ੍ਹੀ ਦੇਰ ਪਾਉਣਾ ਹਾਂ ਅਤੇ ਹਾਂ ਹੈ ਖਾਣ ਪਕਾਣ ਕਦੋਂ ਸ਼ੁਰੂ ਕਰਨਾ
ਸਾਫ ਕਰਕੇ ਫੇਰ ਆਉਂਦੀ ਹਾਂ। ਚੱਲ ਮੇਰਾ ਕੁਛ ਪਾਣੀ ਲੈ ਕੇ ਆਟਾ ਘੁੱਟ ਲਈ, ਆਟਾ ਕੱਢ ਪਤੀਲਾ ਰਿਹਾ ਪਾਣੀ ਪੁਆ, ਨਾਸ਼ਤਾ ਬਣ ਗਿਆ ਹੋਇਆ ਤੇ ਮੰਮਾ ਨੇ ਕਿਹਾ ਸੀ ਨਮਾਜ਼ ਪੜ੍ਹ ਕੇ ਸੋ ਜਾ ਜੇ, ਪਰ ਮੇਰੀ ਮੰਮਾ ਨੇ ਕਿਸੇ ਨੂੰ ਸੌਣ ਨੀ ਦਿੱਤਾ। ਸਾਡੇ ਨਾਲ ਹਮੇਸ਼ਾ ਐਵੇਂ ਹੁੰਦੀ ਹੈ, ਮੰਮਾ ਬੇਈਮਾਨੀਆਂ ਕਰਦੀ, ਮੰਮਾ ਤੁਹਾਨੂੰ ਕਹਿੰਦੀ ਸੌ ਜਾ ਜੇ, ਫਿਰ ਮੈਂ ਸੌਣ ਨੀ ਦੇ। ਮੈਂ ਇਹਨਾਂ ਨੂੰ ਨਾਸ਼ਤਾ ਨਹੀਂ ਕਰਨ ਦਿੱਤਾ, ਮੈਂ ਕਿਹਾ ਸਾਰੇ ਇਕੱਠੇ ਬਹਿ ਕੇ ਨਾਸ਼ਤਾ ਕਰਨੇ ਤੇ ਫਿਰ ਵੇਖਾਂਗੇ ਸਭ ਤੋਂ ਪਹਿਲੇ ਨਾਸ਼ਤਾ ਕੌਣ ਕਰਦਾ। ਤੇ ਇੱਧਰ ਵੇਖੋ ਜੀ, ਮਾਸ਼ਾਅੱਲਾ ਮੰਮਾ ਬਣਾ ਰਹੀ ਹੈ ਰੋਟੀਆਂ, ਤੇ ਲਾਲਾ ਕਹੀ ਹੋਈ ਹੈ ਅੰਦਰੋਂ ਚੀਜ਼ਾਂ ਚੂਜ਼ਾਂ ਲੈ, ਤੇ ਨਾਲ ਹਲੇ ਜਿਹੜਾ ਨੇ ਘਰ ਨਿਊਠੀਆਂ ਉਹਨਾਂ ਨੂੰ ਉਠਾਉਣਾ ਹੈਗਾ ਹੈ। ਤੇ ਮਾਸ਼ਾਅੱਲਾ ਵੇਖਾਂਗੇ ਜ਼ੈਂਡੋਨ ਦੀ, ਸਾਰੇ ਤੋਂ ਆਖਰ ਤੇ ਪਈ ਹੈ ਜ਼ੈਂਡੋਨ ਦੀ ਆਖਰ ਤੇ ਇੰਨੀ ਰੋਟੀ ਪਈ ਹੁੰਦੀ ਹੈ, ਡੋਨ ਵੱਡਾ ਹੋ ਜਾਂਦਾ ਨਹੀਂ ਤੇ ਸੈਨ ਨੂੰ ਉਠਾਇਆ ਵਾ, ਖਾ ਲਾ ਜੀ ਖਾ ਲਾ, ਸੈਨ ਨੂੰ ਉਠਾਇਆ, ਸੈਨ ਭਾਈ ਕੋਈ ਨੀ ਉੱਠਣ ਦਿਆ, ਸੈਨ ਕਹਿੰਦਾ ਸੈਨ ਬਹੁਤ ਅਜੀਬੋ ਗਰੀਬ ਸ਼ਹਿ ਆ, ਸੈਨ ਨੀ ਉੱਠਦਾ ਸਹੀ, ਮੈਂ ਉਹਨੂੰ ਠਾ ਠਾ ਕੇ ਥੱਕ ਗਈ ਹਾਂ। ਇਹਨੂੰ ਸੈਨ ਨੇ ਵੀ ਉਠਾਇਆ, ਮੰਮਾ ਨੇ ਵੀ ਉਠਾਇਆ, ਆਮਦਾ ਨੇ ਵੀ ਉਠਾਇਆ, ਪਰ ਇਹ ਨੀ ਉੱਠਿਆ, ਕਹਿੰਦਾ ਹੁਣ ਮੈਂ ਸੋਣਾ। ਹੁਣੇ ਆ ਗਿਆ ਤੇ ਬਸ ਆਪਾਂ ਲੈ ਆਉਣ ਤਾਂ ਖਲਾਰੇ ਚੱਕੇ ਹੋਣਗੇ ਕਮ ਅਜ ਕਮ ਫੇਰ ਹੀ ਤੈਨੂੰ, ਜਾਂ ਉਹ ਵੀ ਆਖਣਗੇ ਵੀ ਕਿਹੜਾ ਗਦੀਲੇ ਨੇ ਵੀ ਹਾਲੇ ਤੱਕ ਇਹਨਾਂ ਨੇ ਨਾਸ਼ਤਾ ਹੀ ਨਹੀਂ ਕੀਤਾ, ਤੇ ਇਸ ਵਾਸਤੇ ਫਿਰ ਭਾਈ ਜਰਾ ਕੰਪਰੋਮਾਈਜ਼ ਕਰਨਾ ਪੈਂਦਾ, ਛੇਤੀ ਕਰਨਾ ਪੈਂਦਾ। ਤੇ ਦੁਪਹਿਰ ਮਤਲਬ ਦੁਪਹਿਰ ਨੂੰ ਵੈਸੇ ਹੀ ਨਹੀਂ ਨੀਂਦ ਆ ਰਹੀ ਹੁੰਦੀ, ਕਿੱਥੇ ਸੋਣਾ ਅਸੀਂ ਦੁਪਹਿਰ। ਤੇ ਜ਼ੈਨ ਕਿਸਾ ਲੱਗ ਰਿਹਾ ਪਰਾਠਾ ਵਿਦ ਚਾਏ, ਮਜ਼ੇਦਾਰ। ਚਲੋ ਜੀ ਹੁਣ ਆਪਾਂ ਵੀ ਨਾਸ਼ਤਾ ਕਰ ਲਈਏ, ਲਾ ਟੇਬਲ ਤੇ ਬਹਿ ਕੇ ਨਾਸ਼ਤਾ ਕਰ ਲਵੇ, ਹਰ ਸ਼ੈ ਲਾ ਲੂ ਕੇ ਫਿਰ ਤੁਹਾਨੂੰ ਮੈਂ ਆਵਾਜ਼ ਦਿੱਤੀ ਹੈ, ਠੀਕ ਹੈ ਨਾ। ਤੇ ਜੇ ਹਾਲੀ ਤੁਸੀਂ ਰਾਜ਼ੀ ਨਾ ਹੋਵੋ ਤੇ ਤੁਸੀਂ ਹੁਣੇ ਨਹੀਂ, ਉਹ ਆ ਗਿਆ ਸੈਨ, ਲਾਲਾ ਚੁੱਕ ਕੇ ਲਿਆ, ਲਾਲਾ ਚੁੱਕ ਕੇ ਸੈਨ ਨੂੰ ਲਿਆ। ਤੇ ਬਾਕੀ ਜੀ ਇੱਕ ਆਪੀ ਨੇ ਕਮੈਂਟ ਕੀਤਾ ਸੀ ਕਿ ਲਾਲਾ ਕੌਣ ਹੈ, ਤੇ ਲਾਲਾ ਜੀ ਮੇਰੀ ਖਾਲਾ ਹੈ, ਉਹ ਮੇਰੀ ਚਾਚੀ ਵੀ ਹੈ ਤੇ ਮੇਰੀ ਖਾਲਾ ਵੀ, ਅਸੀਂ ਦੋਵੇਂ ਰਿਸ਼ਤੇ ਲਾ ਕੇ ਲਾਲਾ ਕਹਿ ਲਈਦੇ। ਤੇ ਸੈਨ ਨਾ ਕਹੀ ਜੇ ਆ ਮੁੰਡਾ ਉੱਠ ਜਾਵੇ ਰੋਣ ਲੱਗ ਪਏ, ਚਲੋ ਇਹਨੂੰ ਉਠਾਈਏ ਤੇ ਇਹਨੂੰ ਕਹੀਏ ਚੱਲ ਬੈਕ ਰੋਟੀ ਖਾ, ਤੇ ਅਸੀਂ ਵੀ ਖਾਈਏ ਰੋਟੀ। 3 hours later ਚਲੋ ਜੀ ਹੁਣ ਟਾਈਮ ਹੋ ਗਿਆ ਤਕਰੀਬਨ 11 ਵੱਜ ਚੁੱਕੇ ਨੇ, ਤੇ ਪਾਪਾ ਹੋਰ ਵੀ ਉੱਠ ਗਏ ਨੇ, ਸਾਰਿਆਂ ਨੇ ਨਾਸ਼ਤਾ ਵਗੈਰਾ ਕਰ ਲਿਆ। ਤੇ ਅੱਜ ਜੀ ਮਿਸਤਰੀ ਨਹੀਂ ਆਏ, ਤੇ ਸਾਡਾ ਜਿਹੜਾ ਸਾਰਾ ਗੰਗ ਪਹਿਲੇ ਉਵੇਂ ਹੀ ਪਿਆ ਹੋਇਆ, ਵੇਖੋ ਅੱਜ ਜਿੱਥੇ ਤੱਕ ਹੈ ਸੀ ਉੱਥੇ ਤੱਕ ਹੀ ਹੈ, ਤੇ ਅੱਗੇ ਅੱਜ ਮਿਸਤਰੀ ਮੰਮਾ ਕਹਿੰਦੀ ਜਾ ਰੇਤਾ ਲੈ ਕੇ ਆ ਮਿਸਤਰੀ ਆ ਤੇ ਕੰਮ ਸ਼ੁਰੂ ਕਰ। ਜ਼ੈਨ ਵਿਚਾਰੇ ਨੇ ਲਿਆ ਕੇ ਰੇਤਾ ਰੱਖੀ, ਜ਼ੈਨ ਕਹਿੰਦਾ ਮੰਮਾ ਕਹਿੰਦੀ ਵੀ ਚਲੋ ਫਿਰ ਨਾ ਵੀ ਐਵੇਂ ਹੋਵੇਗਾ, ਚਲੋ ਰੇਤਾ ਪਈ ਹੋਵੇਗੀ ਨਾ ਤੇ ਫਿਰ ਛੇਤੀ ਕੰਮ ਸਟਾਰਟ ਹੋ ਜਾਏਗਾ। ਤੇ ਉਹ ਜ਼ੈਨ ਨੇ ਵਿਚਾਰੇ ਨੇ ਇੰਨੇ ਜ਼ਿਆਦਾ ਤਾਂਬੀ ਭਰ ਕੇ ਲਿਆ ਕੇ ਰੇਤਾ ਦੇ ਰੱਖਤੇ ਨੇ, ਤੇ ਮਿਸਤਰੀ ਨਹੀਂ ਆਇਆ। 10 ਤਾਂ ਵੀ ਲਿਆ ਕੇ ਰੱਖੇ ਹੁਣ ਮੰਮਾ ਇਹਨੂੰ ਕਹਿੰਦੇ ਇਹਨੂੰ ਚੱਕ ਕੇ ਵਾਪਸ ਬਾਹਰ ਰੱਖ ਕੇ ਆ। ਮੰਮਾ ਨੇ ਪਹਿਲੇ ਕਹਿ ਵੀ ਦਿੱਤਾ ਬਾਬਾ ਨੂੰ, ਕਹਿੰਦੀ ਚੱਕ ਕੇ ਵਾਪਸ ਰੱਖ। ਮੰਮਾ ਕਹਿੰਦੀ ਹੁਣ ਇਹਨੂੰ ਚੱਕ ਕੇ ਵਾਪਸ ਰੱਖ ਕੇ, ਸਵੇਰ ਟਾਈਮ ਜਿੰਨਾ ਪਾਣੀ ਰੋੜਦਾ ਤਾਂ ਸਾਰੀ ਰੋੜ ਜਾ ਰਹੀ, ਤੇ ਹਕੀਕਤ ਗੱਲ ਸਾਰੀ ਆ ਰੋੜ ਰੋੜ ਜਾਏਗੀ, ਤੇ ਇੰਨੀ ਸਾਰੀ ਰੇਤਾ ਹੈ ਆ ਵੇਖੋ, ਪੂਰੀ ਕਹਾਣੀ ਦੀ ਰੇਤਾ ਹੈਗੀ ਆ ਤਕਰੀਬਨ। ਤੇ ਇਹ ਵੇਖੋ ਜੀ ਆ ਪਾਪਾ ਬੈਠੇ, ਹੈਲੋ
ਪਾਪਾ ਵੀ ਵਾਹ ਫਰੈਸ਼ ਫਰੂਸ਼ ਹੋ ਕੇ ਬਹਿ ਗਏ ਹੋਏ ਨੇ। ਚਾਚੂ ਨੂੰ ਰੋਕਿਆ ਸੀ ਬੰਦੇ ਨੂੰ ਨੀ ਲਾਵਣਾ, ਇਹਨੇ ਕਹਾ ਨਹੀਂ 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 ਉਹ ਚੰਗਾ ਬੰਦਾ। ਹੁਣ ਲਾਓ ਇੱਕ ਦਿਹਾੜੀ ਲਾਈ ਉਹਨੇ ਤੇ ਭੱਜ ਗਿਆ ਤੇ ਹੋਰ ਪਹਿਲੇ ਬਾਕੀ ਦਿਨ ਸਾਰੇ ਉਹ ਢਾਣ ਢੂਣ ਤੇ ਲੱਗ ਗਿਆ ਸੀ ਤੇ ਕੱਲ ਦਾ ਦਿਨ ਬਸ ਡੇਢ ਜੀ ਕੰਧ ਕੀਤੀ ਗਈ ਤੇ ਜੁਮੇ ਵਾਲੇ ਦਿਨ ਸਗੋਂ ਮਿਸਤਰੀਆਂ ਨੂੰ ਛੁੱਟੀ ਹੁੰਦੀ, ਐਤਵਾਰ ਵਾਲੇ ਦਿਨ ਨਹੀਂ ਹੁੰਦੀ ਤੇ ਐਤਵਾਰ ਦਿਨ ਅੱਜ ਫਿਰ ਉਹਨਾਂ ਨੇ ਛੁੱਟੀ ਕਰ ਲਈ। ਚਲੋ ਖੈਰ ਤੇ ਸਾਰੀ ਸਾਡੀ ਦੇ ਅਰੇ ਤਾਂ ਇਹਦੇ ਵਿੱਚ ਪਾਣੀ ਕਿੰਨੇ ਪਾਇਆ? ਪਾਣੀ ਨੇ ਸਵੇਰੇ ਤਰਾਈ ਕੀਤੀ ਸੀ ਸਾਰੀ ਵੀ ਉੱਡ ਉੱਡ ਨਾ ਜਾਵੇ। ਸਹੀ ਹੈ, ਸਾਰੇ ਘਰ ਦੇ ਵਿੱਚ ਕਿਰਚ ਕਿਰਚ ਵੱਖਰੀ ਨਹੀਂ ਦੀ ਹੈ, ਮਾੜਾ ਜਿਹਾ ਕੋਈ ਤੁਰਦਾ ਤਾਂ ਸਾਫ਼ ਮਹਿਸੂਸ ਹੁੰਦਾ ਹੈ ਰੇਤਾ। ਹਾਂ ਜੀਪ ਜੀਪ ਹੁੰਦਾ ਰਿਹਾ ਦੰਦਾਂ ਨੂੰ। ਬਾਕੀ ਚਲੋ ਹੁਣ ਵੇਖਦੇ ਹਾਂ ਕੀ ਹੁੰਦਾ ਹੁਣ ਰੇਤਾ ਨੂੰ ਤਾਂ ਐਵੇਂ ਇਹਨਾਂ ਇਹਨੂੰ ਜ਼ਹਿਨ ਐਵੇਂ ਕਰਨੇ ਆ ਵੀ ਚੁੱਕ ਤੇ ਵਾਕਈ ਇਹਨੂੰ ਬਾਹਰ ਰੱਖਿਆ ਜੀ। ਸਵੇਰ ਟਾਈਮ ਜਿੰਨਾ ਪਾਣੀ ਰੋੜਦਾ ਵਾਕਈ ਰੋੜ ਰੋੜ ਜਾਣੇ ਸਾਰੇ। ਚਾਚੇ ਨੇ ਮਿਸਤਰੀ ਨੂੰ ਫੋਨ ਕੀਤਾ ਸੀ, ਉਹ ਕਿਤੇ ਕੰਮ ਗਿਆ ਸੀ, ਕਹਿੰਦਾ ਜੇ ਮੈਂ ਛੇਤੀ ਵਾਪਸ ਆ ਗਿਆ ਤੇ ਆ ਜਾਵਾਂਗਾ। ਲੈ ਜਦੋਂ ਆ ਛੁੱਟੀ ਕਰ ਲਈ ਫਿਰ ਉਹ ਕਿੱਥੇ ਆਉਂਦੇ? ਆ ਜਾਵਾਂ ਆ ਜਾਵਾਂਗੇ ਤੂੰ ਪਤਾ ਜੋ ਕੀਤਾ ਸੀ ਐ ਹੁਣ ਪਰ ਉਹ ਤਾਂ ਆ ਵੀ ਗਿਆ ਤੇ ਵਾਪਸ ਰੱਖ ਕੇ ਆਉਣਾ ਸ਼ੁਰੂ ਕਰੋ। ਇਹ ਆਹੀ ਹੁਣ ਹੱਲ ਹੈਗਾ ਸਿੰਪਲ ਜਿਹੜਾ, ਹੁਣ ਕਿੰਨੀ ਕੁ ਦੇਰ ਸਾਰੀ ਰਾਤ ਕਹਿੰਦੇ ਤੇ ਪਾਣੀ ਧਰੋਂਕਦੇ ਰਵਾਂਗੇ ਤੇ ਸਾਰਾ ਦਿਨ ਨੂੰ ਸੰਭਾਲਦੇ ਹੀ ਰਵਾਂਗੇ ਵੀ ਕਿਤੇ ਰੇਤ ਨਾ ਇੱਧਰ ਉੱਧਰ ਹੋ ਜਾਵੇ ਤੇ ਫਿਰ ਸਵੇਰ ਟਾਈਮ ਤਾਂ ਖੇਡਣ ਵਾਸਤੇ ਰੱਖੀ ਰੇਤਾਂ 'ਚ ਆ ਹੁਣ ਲੱਗੇ ਹੋਏ ਸੀ। ਫਿਰ ਮਨ ਇਹਨਾਂ ਨੇ ਝੜਕਾ ਦਿੱਤੀ ਵੀ ਆਹ ਰੇਤ ਸਾਰੀ ਉੱਡ ਉੱਡ ਜਾਣੀ ਤੁਹਾਡੀ ਕੁਛ ਲੱਗਦੀ ਅਤੇ ਹੁਣ ਇਹਨੂੰ ਬਾਹਰ ਹੀ ਰੱਖਣਾ ਪੈਣਾ ਸੈਨ। ਚੁੱਕੋ ਫੜਤਾ ਵੀ ਆ, ਸ਼ਾਬਾਸ਼ ਗੁੱਡ। ਹਾਂਜੀ ਨਹੀਂ ਪਾਣੀ ਭਰਨਾ ਤੇ ਫਿਰ ਕਰ ਲਵਾਂਗੇ ਤੇ ਹੁਣ ਜਿਹੜਾ ਨਾ ਮੰਮਾ ਦੁਪਹਿਰ ਦੀ ਹਾਂਡੀ ਰੋਟੀ ਸਟਾਰਟ ਕਰੂ ਤੇ ਮੈਂ ਕਿਹਾ ਮੰਮਾ ਜੀ ਅੱਜ ਆਪ ਤੁਸੀਂ ਐਵੇਂ ਕਰੋ ਸਾਦਾ ਚਾਵਲ ਬਣਾ ਲਓ ਨਮਕੀਨ ਤੇ ਮੰਮਾ ਕਹਿੰਦੀ ਨਹੀਂ ਪੁੱਤਰ ਕੋਈ ਸਬਜ਼ੀ ਬਣਾਉਣੇ ਚਾਵਲ ਹੁਣ ਰੋਜ਼ ਰੋਜ਼ ਚਾਵਲ ਥੋੜ੍ਹੀ ਨਾ ਬਣਦੇ ਹੁੰਦੇ ਤੇ ਮੈਂ ਕਿਹਾ ਚਲੋ ਠੀਕ ਮੰਮਾ ਜੋ ਤੁਸੀਂ ਬਣਾਉਣਾ ਪਕਾ ਲਓ। ਚਲੋ ਜੀ ਹੁਣ ਮਿਸਤਰੀ ਆ ਗਿਆ ਹੋਏ ਨੇ ਤੇ ਜੀ ਸਾਡੀਆਂ ਜਿਹੜੀਆਂ ਨਾ ਚੰਗਾਠਾਂ ਵੀ ਆ ਗਈਆਂ ਹੋਈਆਂ ਨੇ ਜਿਹੜੀਆਂ ਨਵੀਆਂ ਅਸੀਂ ਦਰਵਾਜ਼ੇ ਲਾਉਣੇ ਨਾ ਉਹਦੇ ਵਾਸਤੇ ਮੰਗਵਾਈਆਂ ਨੇ ਤੇ ਇਹ ਵੇਖੋ ਜੀ ਆਹ ਆ ਗਈਆਂ ਇਹ ਚੰਗਾਠਾਂ ਆ ਅਤੇ ਆ ਆਹ ਦੋਵੇਂ ਨਵੀਆਂ ਆਈਆਂ ਨੇ ਅਤੇ ਇਹਨਾਂ 'ਤੇ ਰੋਗਨ ਨਹੀਂ ਫਿਰਿਆ ਹੋਇਆ। ਉਹ ਵੀ ਹੁਣ ਪਾਪਾ ਕੋਲ ਪੁੱਛਿਆ ਤਾਂ ਪਾਪਾ ਕਹਿ ਰਹੇ ਸੀ ਕਿ ਰੋਗਨ ਵੀ ਫੇਰਨਾ ਜਾਂਦੀ ਜੀ ਗੱਲ ਅਤੇ ਬਾਕੀ ਹੁਣ ਮੰਮਾ ਕਹਿ ਰਹੀ ਸੀ ਕਿ ਮੰਗਵਾਉਣੇ ਆ ਕਲਰ ਅਤੇ ਫਿਰ ਉਹ ਫੇਰਨੇ ਆ ਅਤੇ ਹੁਣ ਸੈਨ ਨੂੰ ਵੀ ਕੱਪੜੇ ਚੇਂਜ ਕਰਵਾਏ ਨੇ ਵੀ ਤੂੰ ਚਿੱਟੇ ਕੱਪੜੇ ਪਾਏ ਹੋਏ ਨੇ ਅਤੇ ਬਦਲਣਾ ਇਹਨਾਂ ਨੂੰ ਅਤੇ ਜਾ ਕੇ ਉੱਧਰ ਹੁਣ ਛੇ ਛੇ ਦੀ ਕੰਮ ਕਰਾਓ ਸਾਰੀ ਗੱਲ ਅੱਧੀ ਤਾਂ ਦਿਹਾੜੀ ਹੈ ਅਤੇ ਫਿਰ ਕੋਈ ਤਾਂ ਜਾ ਥੋੜ੍ਹਾ ਜਿਹਾ ਕੰਮ ਹੋਵੇ ਨਾ ਇਸ ਵਾਸਤੇ ਹੁਣ ਉਹਨਾਂ ਨੇ ਕੱਪੜੇ ਚੇਂਜ ਕਰ ਲਿਆ ਇੱਟਾਂ ਉੱਟਾਂ ਚੁੱਕਣ ਗੇਟਾਂ ਚੁੱਕ ਕੇ ਉੱਥੇ ਰੱਖਣਗੇ ਅਤੇ ਮੰਮਾ ਜੀ ਰੱਖਣਗੇ ਵੈਸੇ ਇਹਨਾਂ ਨੂੰ ਕੱਪੜੇ ਚੇਂਜ ਕਰਵਾਏ ਉੱਥੇ ਫਿਰਦੇ ਮਿੱਟੀ ਮੁੱਟੀ ਹਾਂ ਆਹ ਵੀ ਗੱਲ ਹੈਗੀ ਅਤੇ ਪਰ ਮੰਮਾ ਜੀ ਉਹ ਫਿਰ ਕਲਰ ਮੰਗਵਾ ਲਓ ਪਾਪਾ ਸੇ ਪੁੱਛੋਗੇ ਕਰਨਾ ਤੂੰ ਮੰਗਵਾਏ ਪਾਪਾ ਨੇ ਤਾਂ ਕਹਾ ਪਾਪਾ ਸੇ ਪੁੱਛ ਕੇ ਹੀ ਪਾਪਾ ਨੇ ਕਿਹਾ ਫੇਰਨਾ ਰੋਗਨ ਚਲੋ ਜੇ ਹੁਣ ਫਿਰ ਨਾ ਰੋਗਨ ਰੁਗਨ ਹੁਣ ਇਹਦਾ ਫੇਰਨਾ ਹੈਗਾ ਅਤੇ ਬਾਕੀ ਅੱਜ ਤਾਂ ਦੁਪਹਿਰ ਦੀ ਹਾਂਡੀ ਰੋਟੀ ਫਿਰ ਕਿਉਂਕਿ ਮਿਸਤਰੀ ਲੇਟ ਆਏ ਨੇ ਅਤੇ ਉਹ ਤਾਂ ਤੱਕ ਖਾਣਾ ਖਾ ਕੇ ਆ ਜਾਂਦੇ ਨੇ ਅਤੇ ਹੁਣ ਸਾਡੇ ਵਾਸਤੇ ਹਲੇ ਮੰਮਾ ਕਹਿੰਦੀ ਵੀ ਠਹਿਰ ਜਾਓ ਝਟਕੋ ਠਹਿਰ ਕੇ ਫਿਰ ਆਪਾਂ ਵੀ ਰੋਟੀ ਬਣਾਉਂਦੇ ਹਾਂ ਅਤੇ ਖਾ ਲੈਂਦੇ ਹਾਂ ਅਸੀਂ ਕਿ ਚਲੋ ਠੀਕ ਅਤੇ ਹੁਣ ਉੱਧਰ ਕੰਮ ਸ਼ੰਮ ਹੋ ਰਿਹਾ ਅਤੇ ਹੁਸੈਨ ਉਰੇ ਆ
ਸਾਨੂੰ ਕਹਿੰਦੇ ਵੀ ਪਾਪਾ ਕੋ ਪੁੱਛ ਕੇ ਜਾ, ਪਾਪਾ ਕੋ ਪੁੱਛ ਕੇ ਵੀ ਰੋਗਰ ਫੇਰਨਾ ਕਿ ਨਹੀਂ। ਪਾਪਾ ਨੇ ਕਿਹਾ ਸੀ ਫੇਰਨਾ। ਚੱਲ ਫਿਰ ਮੰਮਾ ਕੋਲ ਲਿਆ ਪੈਸੇ ਤੇ ਜਾ ਕਲਰ ਲੈ ਕੇ, ਚੱਲ ਹੁਣ ਸਾਨੂੰ ਭੇਜ ਰਹੇ ਜਾ ਕੇ ਲੈ ਕੇ ਆਵੇ ਮੰਮਾ ਕਲਰ ਕੋਈ ਰੋਗਨ ਕਹਤੇ ਹੈ ਨਾ। ਬਸ ਠੀਕ ਹੈ ਫਿਰ ਸਾਰ ਲੈ ਕੇ ਆਉਂਦਾ। ਚਲੋ ਜੀ ਹੁਣ ਨਾ ਮੰਮਾ ਅਤੇ ਪਾਪਾ ਮਿਲ ਕੇ ਜਿਹੜੀਆਂ ਚੰਗਾਠਾਂ ਨੇ ਨਾ ਉਹਨਾਂ 'ਤੇ ਕਲਰ ਕਰਨ ਦਏ ਨੇ, ਮਤਲਬ ਰੋਗਨ ਮਾਰਨ ਦਏ ਨੇ। ਰੋਗਨ ਮਾਰਨਾ ਪਾਪਾ ਕਹਿੰਦੇ ਜ਼ਰੂਰੀ ਹੁੰਦਾ, ਨਹੀਂ ਤਾਂ ਫਿਰ ਉਹਨੂੰ ਸਾਰੀ ਨੂੰ ਜੰਗ ਲੱਗ ਜਾਂਦਾ। ਇਹ ਵੇਖੋ ਜੀ ਇਹ ਪਹਿਲੇ ਇਸ ਤਰਫ ਅਸੀਂ ਵੀ ਫੇਰ ਰਿਹਾ ਥੋੜ੍ਹਾ ਜਿਹਾ, ਅਤੇ ਆਹ ਹੁਣ ਉੱਧਰ ਪਾਪਾ ਕਰ ਰਹੇ ਨੇ। ਪਾਪਾ ਵੈਸੇ ਰੋਗਨ ਫੇਰਨਾ ਇੰਨਾ ਜ਼ਿਆਦਾ ਜ਼ਰੂਰੀ ਕਿਉਂ ਹੁੰਦਾ? ਠੀਕ ਹੋ ਗਿਆ, ਇਹ ਵੇਖੋ ਜੀ ਇਸ ਤਰ੍ਹਾਂ ਹੈਂ ਹੁਣ ਸਾਰਾ ਪਾਪਾ ਰੰਗ ਰੁੰਗ ਫੇਰੇਗਾ। ਵਾਹ ਵੀ ਵਾਹ ਪਾਪਾ, ਤੁਸੀਂ ਤਾਂ ਐਕਸਪਰਟ ਜੇ। ਨਾ ਕਿਸੇ ਨੂੰ ਨਹੀਂ ਵੀ ਲਾਉਣਾ ਆਉਂਦਾ ਹੁੰਦਾ। ਹੈ ਵੇਖ ਇਸ ਤਰ੍ਹਾਂ ਇੱਕ ਸਾਈਡ 'ਤੇ ਅਸੀਂ ਫੇਰਿਆ, ਮੰਮਾ ਕਹਿੰਦੀ ਕਿ ਥੋੜ੍ਹਾ ਜਿਹਾ ਖੁਸ਼ਕ ਹੋ ਲਵੇ ਫਿਰ ਨਾ ਇਹਨੂੰ ਖੜੀ ਕਰਕੇ ਸਹੀ ਤਰ੍ਹਾਂ ਲੱਗੇ ਹੋਣਾ ਤਾਂ ਮਜ਼ਦੂਰੀ ਕਰਨੀ ਪੈਣੀ ਨਾ। ਹੈਂ ਠੀਕ ਹੋ ਗਿਆ ਜੀ, ਆਨੇ ਕਹਿੰਦੇ ਕਿ ਕੰਮ ਮਜ਼ਦੂਰੀ ਕਰਾਉਂਦੇ ਨਹੀਂ। ਅੱਛਾ ਜੀ, ਮੈਨੂੰ ਅਸੀਂ ਬੜੀਆਂ ਮਜ਼ਦੂਰੀਆਂ ਕੀਤੀਆਂ ਮੈਂ ਤੇ। ਅੱਛਾ ਹਾਏ ਹਾਏ, ਚਲੋ ਜੀ ਇਸ ਤਰ੍ਹਾਂ ਹੁਣ ਸੋਹਣਾ ਸੋਹਣਾ ਕਰਕੇ ਸਾਰੀਆਂ ਚੰਗਾਟ ਪੂਰੀ ਪੂਰੀ ਚੰਗਾਟ ਤੇ ਕਲਰ ਫੇਰ ਲੈਣਾ, ਤੇ ਆ ਇਹਨੇ ਕਲਰ ਤੇ ਧਿਆਨ ਰੱਖਣਾ ਭਾਈ। ਫਿਰ ਮੈਂ ਤਾਂ ਆਖਿਆ ਪਿੰਕ ਕਲਰ, ਇਹ ਉੱਤੋਂ ਬਾਅਦ ਚ ਹੋ ਜਾਏਗਾ ਤੇ ਕੱਚਾ ਕਰ ਲਾਂਗੇ। ਇਹ ਤਾਂ ਵਿੱਚ ਜਾਣੀ ਹੈ, ਇਹਦੇ ਸੀਮਿੰਟ ਭਰਿਆ ਜਾਣਾ ਇਹਦੇ ਵਿੱਚ। ਚਲੋ ਫਿਰ ਇਸ ਲਈ ਰੋਗਨ ਮਾਰਨੇ ਕਹਿੰਦੇ ਵੀ ਸੀਮਿੰਟ ਖਾਦੀ। ਤੇ ਆ ਪਾਪਾ ਜੀ ਆ ਥੋੜੀ ਲੰਬੀ ਹੋਈ ਹੈ, ਚੁੜਾਈ ਨਹੀਂ ਵੱਡੀ ਕੀਤੀ, ਨਹੀਂ ਚੁੜਾਈ ਨਹੀਂ ਕਰ। ਅੱਛਾ ਤੇ ਆ ਸਗੋਂ ਇਹਦੇ ਨਾਲ ਜ਼ਿਆਦਾ ਇਹਦੀ ਚੁੜਾਈ ਆ ਵੱਡੇ ਕਮਰੇ 'ਚ ਲੱਗਣੀ ਹੈ, ਇਸ ਵਾਸਤੇ ਆ ਥੋੜੀ ਵੱਡੀ ਤੇ ਬਾਟੀਆਂ ਕੁੜੀਆਂ ਦੇ ਰੱਖੀ ਸੀ ਸਿੱਧੀ। ਹਾਂ ਸਿੱਧੀ ਪੇਟੀ ਨੰਗ ਤੋਂ ਜਾਂਦੀ, ਨਹੀਂ ਤਾਂ ਫਿਰ ਨਾ ਟੇਡੀਆਂ ਵਿੰਗੀਆਂ ਚਿਬੀਆਂ ਕਰਨੀਆਂ ਪੈਂਦੀਆਂ ਨੇ, ਪੇਟੀਆਂ ਸਮਝ ਨਹੀਂ ਆਉਂਦੀ ਬੰਦਾ ਕਿਵੇਂ ਰੱਖੇ। ਤੇ ਚਲੋ ਆਉਣਾ ਫਿਰ ਨਾ ਇੱਕ ਵਾਰੀ ਸੋਹਣਾ ਕਰਕੇ ਰੰਗ ਫੇਰ ਲਈਏ ਸਾਰਿਆਂ ਨੂੰ। ਮੰਮਾ ਚੈੱਕ ਕਰਵਾ ਦਾਂਗੇ, ਮੰਮਾ ਬੱਚਿਆ ਹੋਇਆ ਜਿਹੜਾ ਹੈ ਨਾ ਉਹ ਆਪਣੇ ਉਹ ਬਾਹਰ ਵਾਲੇ ਗੇਟ ਤੇ ਫੇਰ ਜਾਏ, ਗਾਰਡਰਾਂ ਨੂੰ ਮਾਰ ਬੱਚਿਆ ਦਾ ਤੇਰੇ ਬਸਤੇ ਨੂੰ ਮਾਰ ਦਾਂਗੇ ਮੰਮਾ। ਕਿਉਂ? ਹਾਂ ਗਾਰਡਰਾਂ ਨੂੰ ਮਾਰ ਦਵਾਂਗੇ, ਚਲੋ ਮੈਂ ਫੜਿਆ। ਅੱਗੇ ਮੈਂ ਰੇਗ ਮਾਰ ਮਾਰਿਆ ਸੀ ਇਹਦੇ ਤੇ ਪਾਪਾ ਜੀ ਸਹੀ ਵੱਜਿਆ, ਥੋੜਾ ਥੋੜਾ ਮਾਰਿਆ ਸੀ ਪਰ ਵੱਜ ਗਿਆ ਸੀ। ਤੇ ਚਲੋ ਹੁਣ ਰੰਗ ਫਿਰ ਲਵੇ ਇੱਕ ਵਾਰੀ, ਫਿਰ ਤੁਹਾਨੂੰ ਵਿਖਾਵਾਂਗੇ ਵੀ ਆਹ ਸਾਰਾ ਫੇਰ ਪੋ ਦਿੱਤਾ। ਚੰਗਾਠਾ ਲੱਗ ਜਾਂਦੀ ਉਸ ਤੋਂ ਬਾਅਦ ਦਰਵਾਜ਼ਾ ਲੱਗਣ ਤੋਂ ਬਾਅਦ ਵੀ ਕਲਰ ਹੋ ਜਾਏਗਾ। ਤੇ ਬਾਕੀ ਆਮਨਾ ਨੇ ਸ਼ਾਵਰ ਲਿਆ ਸੀ ਤੇ ਮੰਮਾ ਹੁਣ ਆਮਨਾ ਦੇ ਵਾਲ ਕੰਘੀ ਕਰ ਰਹੀ ਹੈ। ਤੇ ਮੇਰੀ ਮੰਮਾ ਜਿਹੜੀ ਛੋਟੀ ਕੰਘੀ ਹੁੰਦੀ ਹੈ ਨਾ ਉਹ ਲਾਜ਼ਮੀ ਇੱਕ ਵਾਰੀ ਵਾਲਾ 'ਚ ਫੇਰਦੀ ਹੁੰਦੀ ਕਿ ਕੋਈ ਖੁਦਾ ਨਾ ਖਾਸਤਾ ਅਗਰ ਜੂੰ ਵਗੈਰਾ ਹੋਵੇ ਤੇ ਉਹ ਨਿਕਲ ਜਾਵੇ ਨਾਲ ਦੇ ਨਾਲ, ਠੀਕ ਹੈ। ਤੇ ਪਰ ਸਾਡੇ ਇੰਨੀਆਂ ਜੂਆਂ ਪੈਂਦੀਆਂ ਨੇ ਕਿਉਂਕਿ ਮੇਰੀ ਮੰਮਾ ਤਾਰੇ ਮੇਰੇ ਦਾ ਤੇਲ ਲਾਈ ਰੱਖਦੀ ਸਾਡੇ ਸਾਡੇ ਮੇਰੀ ਮੰਮਾ ਪਹਿਲੇ ਵਾਰ ਜ਼ਿਆਦਾਤਰ ਤਾਰੇ ਮੇਰੇ ਦਾ ਤੇਲ ਲਾਉਂਦੀ ਹੁੰਦੀ ਸੀ। ਅਤੇ ਹੁਣ ਭਾਈ ਮੇਰਾ ਹਾਲ ਮੇਰੇ ਹੁਣ ਆਪਦੇ ਹੱਥ ਆਇਆ, ਆਪਾਂ ਦਾ ਤੇਲ ਨਾਮ ਦੀ ਚੀਜ਼ ਹੀ ਨਹੀਂ ਨਾ, ਤੇਲ ਤਾਂ ਕਦੀ ਕਿਤੇ ਲਾਉਂਦੀ ਹੁੰਦੀ ਹਾਂ ਅਤੇ ਪਰ ਆਮਨਾ ਦੇ ਮੰਮਾ ਹਲੇ ਵੀ ਲਾ ਦਿੰਦੀ ਇਸ ਵਾਸਤੇ। ਅਤੇ ਮੈਂ ਹੁਣ ਜਿਹੜਾ ਨਾ ਆਮਨਾ ਜਿਹੜੀ ਹੈ ਆਮਨਾ ਕੱਪੜੇ ਨੂੰ ਚੇਂਜ ਕੀਤੇ ਕਰਨੀ, ਚਲ ਮੇਰੇ ਦਾ ਤੇਲ ਨਾਲ ਨਾਲੇ ਵਾਲ ਕਾਲੇ ਹੁੰਦੇ ਹਾਂ, ਨਾਲੇ ਜਵਾਨ ਹੀ ਪੈਂਦੇ ਨਾਲੇ ਵਾਲ ਸਿਲਕੀ ਸਿਕਰੀ ਨਹੀਂ ਹੁੰਦੀ, ਨਾਲੇ ਵਾਲ ਸਿਲਕੀ ਹੁੰਦੇ ਨੇ, ਨਾਲੇ ਵਾਲ ਸਟ੍ਰੇਟ ਹੁੰਦੇ ਨੇ। ਹਾਂ ਅਕਸਰ ਅਸੀਂ ਜਦੋਂ ਨਵੀਆਂ ਨਵੀਆਂ ਇੰਨੇ ਫਾਇਦੇ ਨੇ,
ਅਸੀਂ ਨਵੀਆਂ ਨਵੀਆਂ ਜਦੋਂ ਗੌਰਮੈਂਟ ਸਕੂਲ ਗਈਆਂ ਸੀ ਨਾ ਉਦੋਂ ਸਾਡੀਆਂ ਟੀਚਰ ਕਹਿੰਦੀਆਂ ਹੁੰਦੀਆਂ ਸੀ ਆਪ ਸਟਰੇਟ ਕਰਦੇ ਹੋ ਬਾਲਾਂ ਕੋ, ਤਾਂ ਉਦੋਂ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਸਟਰੇਟਨਰ ਹੁੰਦਾ ਕੀ ਹੈ। ਅਤੇ ਹੋਰ ਨਾ ਮਾਸ਼ਾਅੱਲਾ ਨਾਲ ਜਦੋਂ ਦਾਬਦੇ ਹੱਥ ਆ ਉਹ ਗੁੱਤ ਕੀਤੀ ਹੋਵੇ ਅਤੇ ਗੁੱਤ ਤੋਂ ਬਾਅਦ ਵਾਲ ਖੁੱਲ੍ਹ ਤਾਂ ਇੰਝ ਹੋਏ ਹੁੰਦੇ ਨੇ ਵਾਲ ਜਾਂ ਜੇ ਕਿਸੇ ਨੇ ਪਟਾਕਾ ਮਾਰਿਆ ਹੋਵੇ ਵਾਲ 'ਚ ਉਹ ਹਾਲ ਹੋਇਆ ਹੁੰਦਾ ਵਾ। ਅਤੇ ਬਾਕੀ ਜੈਨ ਸਹਿਨ ਗਿਆ ਹੋਏ ਨੇ ਅਸਰ ਦੀ ਨਮਾਜ਼ ਦਾ ਕਰਨ, ਹੁਣ ਆਪਾਂ ਵੀ ਵਜ਼ੂ ਕਰੀਏ ਅਸਰ ਦੀ ਨਮਾਜ਼ ਦਾ ਕਰੀਏ ਅਤੇ ਆਪਣੇ ਵਾਲ ਵੁਲ ਕੰਘੀ ਕਰੀਏ ਅਤੇ ਫਿਰ ਰੈਡੀ ਸ਼ੈਡੀ ਹੋਈਏ, ਹੁਣ ਮੂੰਹ ਹੱਥ ਹੋਈਏ। ਬਾਕੀ ਜਾਣਾ ਜਾਣਾ ਤਾਂ ਕਿਤੇ ਨਹੀਂ, ਪਰ ਫਿਰ ਵੀ ਸਵੇਰ ਦਾ ਬੁੱਸੇ ਤਰੁੱਸੇ ਫਿਰਦਾ ਹੈ, ਪਰ ਹੁਣ ਚੱਲਣਾ ਫਿਰ ਸੌਂ ਹੀ ਜਾਣਾ, ਕਿੰਨੇ ਕੁ ਦੇਰ ਰਹਿ ਗਈ, 8 ਵਜੇ ਆਪਾਂ ਅਸੀਂ ਵੀ ਦੁਬਾਰਾ ਸੌ ਜਾਣਾ ਅਤੇ ਫਿਰ ਫਾਇਦਾ ਹੈ ਬਸ ਐਵੇਂ ਠੀਕ ਹੈ ਹਾਂ ਵੀ ਗੱਲ ਸਹੀ ਹੈ। ਅਤੇ ਬਾਕੀ ਚਲੋ ਜੀ ਹੁਣ ਫਟਾਫਟ ਆਪਾਂ ਜਿਵੇਂ ਉਹਨਾਂ ਵਜ਼ੂ ਕਰਕੇ ਨਮਾਜ਼ ਦਾ ਕਰੀਏ, ਨਮਾਜ਼ ਦਾ ਕਰਨ ਤੋਂ ਬਾਅਦ ਫਿਰ ਅੱਗੇ ਵੇਖਦੇ ਹਾਂ। ਮਾਸ਼ਾਅੱਲਾ ਜੀ ਹੋਰ ਨਾ ਮਿਸਤਰੀ ਚਲੇ ਗਏ ਨੇ ਅਤੇ ਅੱਜ ਤਾਂ ਮਿਸਤਰੀਆਂ ਨੇ ਵਾਹਵਾ ਕੰਮ ਕੀਤਾ, ਅੱਧੀ ਦਿਹਾੜੀ ਸੀ ਲੇਕਿਨ ਫਿਰ ਵੀ ਵਾਹਵਾ ਸਾਰਾ ਕੰਮ ਕਰ ਗਏ ਨੇ ਠੀਕ ਹੈ। ਅਤੇ ਹੁਣ ਮੰਮਾ ਅਤੇ ਸਾਰੇ ਜਣੇ ਮਿਲ ਕੇ ਨਾ ਸਾਰੇ ਜਣੇ ਸਫਾਈ ਸਫੂਈ ਕਰਨ ਦੇ ਨੇ ਤਾਂ ਕਿ ਸੁਬਾਹ ਫਿਰ ਜਦੋਂ ਮਿਸਤਰੀਆਂ ਆਉਣ ਉਹਨਾਂ ਦੇ ਲੰਗਰ ਵਾਸਤੇ ਸਾਰਾ ਨਾ ਰਸਤਾ ਰੁਸਤਾ ਹੋਵੇ। ਅਤੇ ਇਹ ਜੀ ਵਾਸ਼ਰੂਮ ਹੈ, ਉਹਦੀਆਂ ਨੀਆਂ ਵਗੈਰਾ ਭਰੀਆਂ ਨੇ ਅਤੇ ਉਹ ਸਾਡਾ ਕਮਰਾ ਹੈ। ਪਾਪਾ ਤੁਸੀਂ ਸਾਡੇ ਕਮਰੇ ਦਾ ਕੀ ਹਾਲ ਕਰ ਰਹੇ ਹੈ? ਪਾਪਾ ਹਾਂਜੀ 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 ਹਾਂ। ਅਤੇ ਬਾਕੀ ਜੀ ਆਹ ਅਸੀਂ 6 ਫੁੱਟ ਦੀ ਗਲੀ ਛੱਡੀ ਹੈ, ਆਹ ਵਾਸ਼ਰੂਮ ਹੈ ਅਤੇ ਉਹ ਸਾਡਾ ਕਮਰਾ ਹੈ ਠੀਕ ਹੈ। ਅਤੇ ਬਾਕੀ ਪਾਪਾ ਅੱਗੇ ਬਾਕੀ ਘਰ ਦਾ ਕੀ ਹੋਵੇਗਾ? ਅੱਗੇ ਵੀ ਕੁਛ ਬਣੇਗਾ ਜੀ, ਪਹਿਲੇ ਆਹ ਤਿਆਰ ਕਰਨੇ ਆਪਾਂ। ਹਾਂ ਸਹੀ ਹੈ, ਅਗਲਾ ਬਾਅਦ ਚ ਸਹੀ ਹੈ। ਤੇ ਆਮ ਨਾ ਵੇਖੋ ਮਸਤ ਮੋਲਾ ਬੈਠੀ ਹੋਈ, ਅੱਗੇ ਬਣਨਾ। ਚਲੋ ਠੀਕ ਹੈ, ਪਰ ਆ ਹੈਗਾ ਕਿਚਨ ਘਰ ਦੇ ਸ਼ੁਰੂ ਤੇ ਚਲੋ ਠੀਕ ਹੈ ਜੀ। ਫਿਰ ਮੈਨੂੰ ਵੀ ਪਤਾ ਲੱਗੇ ਨਾ ਕਿਵੇਂ ਦਾ ਸਾਡਾ ਕਿਚਨ ਹੈ ਅਤੇ ਕਿਵੇਂ ਦਾ ਹੀ ਉਹ। ਹਾਲੇ ਤਾਂ ਫਿਲਹਾਲ ਅੱਜ ਮਤਲਬ ਕਾਫੀ ਸਹੀ ਅੱਛਾ ਕੰਮ ਹੋ ਗਿਆ ਵੀ, ਨੀਹਾਂ ਵਗੈਰਾ ਭਰੀਆਂ ਗਈਆਂ ਨੇ ਅਤੇ ਇੰਨੀ ਇੰਨੀ ਦੀਵਾਰ ਵੀ ਹੋ ਗਈ ਆ, ਵਿੱਚ ਫਰਸ਼ ਫਰਸ਼ ਵੀ ਮਤਲਬ ਜਿਹੜਾ ਨਾ ਉੱਚਾ ਕੀਤਾ ਵਾ ਉਹਨਾਂ ਕੋਲ ਹੋ ਗਿਆ ਵਾ। ਅਤੇ ਪਾਪਾ ਉਹ ਬਾਕੀ ਵਾਲੀ ਦੀਵਾਰ ਕਿਉਂ ਨਹੀਂ ਬੰਦ ਕੀਤੀ? ਆਹ ਵੀ ਗੱਲ ਹੈਗੀ, ਉਹਨਾਂ ਨੇ ਵਿਸ਼ਾ ਫਿਰਾਫਰ ਜਾਣਾ ਹੀ ਸੀ ਨਾ। ਅਤੇ ਹੁਣ ਮੰਮਾ ਅਤੇ ਜ਼ੈਨ ਉਹ ਰੋੜੇ ਰੂੜੇ ਚੁੱਕ ਰਹੇ ਨੇ, ਹੁਸੈਨ ਅਤੇ ਪਾਪਾ ਮਿਲ ਕੇ ਜਿਹੜੇ ਮਾਸ ਮੂਸ ਸੀ ਉਹ ਚੱਕੇ ਨੇ। ਹਾਂ ਮੈਨੂੰ ਪਤਾ, ਨਾ ਸੁਣੇ ਤੂੰ ਡਿੱਗ ਡੁੱਗ ਪਾਏਗੀ। ਤੇ ਬਾਕੀ ਖੈਰ ਪਾਪਾ ਮੈਨੂੰ ਬੜੀ ਖੁਸ਼ੀ ਹੋਦੀ ਘਰ ਸਟਾਰਟ ਹੋ ਗਿਆ, ਇਨਸ਼ਾਅੱਲਾ ਤੁਸੀਂ ਸਾਰੇ ਭੈਣ ਭਰਾ ਦੁਆ ਸਾਡੇ ਵਾਸਤੇ ਲਾਜ਼ਮੀ ਕਰਨੀ ਵੀ ਸਾਡਾ ਹੁਣ ਘਰ ਲਾਜ਼ਮੀ ਤਕਮੀਲ ਤੱਕ ਪਹੁੰਚ ਜਾਵੇ ਠੀਕ ਹੈ, ਮੁਕੰਮਲ ਹੋ ਜਾਵੇ। ਬਾਕੀ ਖੈਰ ਤਕਮੀਲ ਤੱਕ ਹੁੰਦਾ ਕੀ ਹੁੰਦਾ? ਮੰਮਾ ਉਹੀ ਨਹੀਂ, ਮੈਨੂੰ ਉਰਦੂ ਹੀ ਨਹੀਂ ਆਉਂਦੀ। ਹਾਦੇ ਇੱਧਰ ਵੇਖੋ ਜੀ, ਚੱਕ ਲਓ ਇਹ ਸਾਡੇ ਬੱਬਰ ਸ਼ੇਰ ਭਰਾ ਨੇ ਇੱਥੇ ਥੱਲੇ ਥੱਲੇ ਲੰਮਾ ਪਾ ਦਿਓ, ਲੰਮਾ ਕਰ ਦਿਓ ਮਜ਼ਦੂਰਾਂ ਨੂੰ ਓਏ।
ਜਾ ਕੇ ਮੰਮਾ ਨਾਲ ਹੈਲਪ ਕਰਵਾਓ, ਮੇਰੀ ਮਾਂ ਵਿਚਾਰੀ ਕੱਲੀ ਲੱਗੀ ਹੋਈ। ਮੈਂ ਮਸੂਮ ਜੀ ਬੱਜੀ, ਤੁਸੀਂ ਮੇਰੇ ਕੋਲ ਵੀ ਕੰਮ ਕਰਾਣਾ? ਨਹੀਂ ਤੂੰ ਨਹੀਂ ਕੁਛ ਕਰਨਾ। ਬਾਕੀ ਆ ਹੋਣਾ ਸਾਰੇ ਵਾਸ ਵੂਸ, ਪੌੜੀਆਂ ਛੋੜੀਆਂ ਸਾਰਾ ਕੁਛ ਖੜਾ ਹੈ। ਮੈਂ ਵੈਸੇ ਪੌੜੀਆਂ ਛੱਡ ਕੇ ਆਪਾਂ ਵੀ ਵੇਖੀਏ ਕਿਵੇਂ ਚੜੀ ਦੀ। ਨਹੀਂ ਬੜਾ ਪੌੜੀ ਵੀ ਚੜਨਾ। ਵਿੰਗੀ ਟੱਡੀ ਪਈ ਹੈ ਵੈਸੇ, ਐਵੇਂ ਦੇਖ ਸਕਦੇ ਹੋ। ਓਏ ਉੱਚਾ ਉੱਚਾ ਹੋ ਗਿਆ ਇੱਥੋਂ, ਵਾਹ ਵਾਹ ਉੱਚਾ ਉੱਚਾ। ਚਲੋ ਖੈਰ, ਅੱਲਾ ਕਰੇ ਹੋਣਾ ਘਰ ਸਾਡਾ ਸੋਹਣਾ ਸੋਹਣਾ ਅਤੇ ਖੈਰੀ ਸਲਾਮਤੀ ਪੂਰਾ ਹੋ ਜਾਵੇ। ਅਤੇ ਕਾਂ ਤੱਕ ਜਾਂ ਤੱਕ ਇਹ ਉੱਥੇ ਦਿਖਰਾ ਆਈਟਾ ਦਿਖਰਾ ਸੋਈ ਵਾ ਉੱਚਾ ਸਾਰਾ ਘਰ ਹੋਵੇ ਨਾ। ਸਾਡਾ ਘਰ ਤਾਂ ਗਲੀ ਤੋਂ ਵੈਸੇ ਪਹਿਲੇ ਵੀ ਬਹੁਤ ਉੱਚਾ ਵਾ, ਅਤੇ ਹੁਣ ਵੀ ਫਿਰ ਥੋੜ੍ਹਾ ਹੋਰ ਉੱਚਾ ਹੋ ਜਾਂਦਾ ਵਾ। ਸਾਡਾ ਕਮਰਾ ਉੱਚਾ ਹੋ ਜਾਵੇ, ਬਾਕੀ ਸਾਡਾ ਕਮਰਾ ਬਣ ਜਾਵੇ, ਬਾਕੀ ਕਿਸੇ ਘਰ ਬਣੇ ਨਾ ਬਣੇ। ਕਮੈਂਟ ਆਇਆ ਸੀ, ਉਹ ਕਹਿੰਦੇ ਪੁੱਛ ਰਿਹਾ ਸੀ ਕਿ ਘਰ ਤੁਸੀਂ ਕਿਉਂ ਢਾਇਆ। ਤੇ ਬੇਟਾ ਅਸੀਂ ਇਸ ਵਾਸਤੇ ਢਾਇਆ ਕਿ ਘਰ ਨਵਾਂ ਬਣਾਉਣ ਲੱਗੇ। ਠੀਕ ਹੈ, ਛੱਤਾਂ ਕੱਚੀਆਂ ਸੀ, ਅਸੀਂ ਛੱਤਾਂ ਪੱਕੀਆਂ ਕਰਨੀਆਂ ਸੀ, ਤੇ ਮੈਂ ਆਖਿਆ ਵੀ ਹਾਂ, ਤੇ ਸਾਡੇ ਮਿੱਟੀ ਆਉਂਦੀ ਸੀ ਇਸ ਵਾਸਤੇ। ਫਿਰ ਅਸੀਂ ਕੀ ਕੀਤਾ ਜੀ, ਅਸੀਂ ਕਿਹਾ ਚਲੋ ਹੁਣ ਆਪਾਂ ਫਟਾਫਟ ਜਿਹੜਾ ਨਾ ਘਰ ਬਣਾ ਲਈਏ। ਹਾਂ ਗਾਡਰ ਹੋਰ ਪਹਿਲੇ ਪਾਪਾ ਕਹਿੰਦੇ ਕਿ ਜਦੋਂ ਫਿਰ ਛੱਤਾਂ ਢਾਣੀਆਂ ਨੇ ਤੇ ਫਿਰ ਆਪਾਂ ਥੋੜੇ ਕੋਲ ਪੈਸੇ ਹੋਰ ਲਾ ਕੇ ਤੇ ਆਪਾਂ ਪੂਰਾ ਘਰ ਹੀ ਦੁਬਾਰਾ ਬਣਾ ਲੈਂਦੇ ਹਾਂ। ਤੇ ਫਿਰ ਅਸੀਂ ਵੀ ਇਸ ਗੱਲ 'ਤੇ ਅਗਲੀ ਸੀ, ਲੇਕਿਨ ਵਾਸ਼ਰੂਮ ਤੇ ਜਿਹੜੀ ਸਾਡੀ ਬੈਠਕ ਆ ਲਈ ਹੈ ਨਾ, ਆਹ ਵਾਲੀ, ਇਹ ਤਾਂ ਅਸੀਂ ਹਲੇ ਤਕਰੀਬਨ ਜ਼ਿਆਦਾ ਨਹੀਂ 2-3 ਸਾਲ ਹੀ ਹੋਏ ਹੋਣੇ ਹਨਾ, ਉਦੋਂ ਹੀ ਬਣਾਇਆ ਸੀ। ਪਰ ਚਲੋ ਜੋ ਅੱਲਾ ਨਹੀਂ, ਇੱਕ ਸਾਲ ਤਾਂ ਨਹੀਂ, ਜੋ ਅੱਲਾ ਤਾਲਾ ਨੂੰ ਮਨਜ਼ੂਰ ਹੈ ਹੁਣ ਫਿਰ ਉਵੇਂ ਹੀ ਹੋਣਾ। ਅਤੇ ਬਸ ਤੁਸੀਂ ਸਾਰੇ ਭੈਣ ਭਰਾ ਵਾਲੇ ਸਾਡੇ ਵਾਸਤੇ ਜ਼ਿਆਦਾ ਜ਼ਿਆਦਾ ਦੁਆ ਕਰਨੀ ਕਿ ਸਾਡਾ ਸੋਹਣਾ ਸੋਹਣਾ ਘਰ ਕੰਪਲੀਟ ਹੋ ਜਾਵੇ। ਅਤੇ ਬਾਕੀ ਜੀ ਇੱਕ ਹੋਰ ਗੱਲ, ਕੀ ਨਾਮ ਸੀ, ਇੱਕ ਨਾ ਭੈਣ ਸੀ, ਉਹਨਾਂ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਆਪਦੇ ਬਾਜ਼ਾਰ 'ਚ ਫਿਰ ਕੇ ਗਾਓਂ 'ਚ ਘੁੰਮ ਘੁੰਮ ਕੇ ਵਲੋਗ ਬਣਾਇਆ ਕਰੋ, ਤੁਹਾਡੇ ਵਲੋਗ ਜ਼ਿਆਦਾ ਚੱਲਣਗੇ। ਅਤੇ ਭਾਈ ਟਾਈਮ ਹੀ ਨਹੀਂ ਹੁੰਦਾ, ਜੇ ਟਾਈਮ ਹੋਵੇ ਨਹੀਂ ਤਾਂ ਕਿਹੜੀ ਗੱਲ ਹੈ ਬੇਟਾ। ਅਸੀਂ ਕਿਹੜਾ ਇੱਥੇ ਸਾਡੇ ਘਰ ਘਰ ਦੇ ਵਿੱਚ, ਲੇਕਿਨ ਜਿਵੇਂ ਫਿਰ ਤੁਹਾਨੂੰ ਗਾਓਂ ਦਾ ਮਾਹੌਲ ਵੀ ਪਤਾ ਹੁੰਦਾ ਹੈ, ਤੇ ਇਸ ਵਾਸਤੇ ਗਾਓਂ 'ਚ ਨਹੀਂ ਅਸੀਂ ਜਾਂਦੇ। ਤੇ ਬਾਜ਼ਾਰ ਵਗੈਰਾ ਤੇ ਅਸੀਂ ਜਾਈਏ ਤੇ ਫਿਰ ਅਸੀਂ ਵਲੌਗ ਲਾਜ਼ਮੀ ਬਣਾਈਦਾ, ਤੁਹਾਨੂੰ ਵੀ ਦੱਸੀਦਾ। ਹਾਂ ਇਸ ਵਾਸਤੇ ਜੀ। ਤੇ ਬਾਕੀ ਚਲੋ ਜੀ ਠੀਕ ਹੈ ਫਿਰ ਹੁਣ, ਜੇ ਤੁਹਾਨੂੰ ਅੱਜ ਵੀਡੀਓ ਅੱਛੀ ਲੱਗੀ ਹੋਈ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਇੱਕ ਅੱਛਾ ਜਿਹਾ ਪਿਆਰਾ ਕਮੈਂਟ ਕਰੋ। ਤੇ ਇੱਕ ਹੋਰ ਕੰਮ, ਜੇ ਤੁਸੀਂ ਹਲੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਛੇਤੀ ਉਹ ਵੀ ਕਰ ਲਓ। ਤੇ ਚਲੋ ਜੀ ਠੀਕ ਹੈ ਫਿਰ, ਅੱਲਾ ਹਾਫਿਜ਼। ਤੇ ਉੱਧਰ ਵੇਖੋ ਆਮ ਦਾ ਪੁੱਠੇ ਕੰਮ ਕਰਨ ਲਈ।